ਲੁਧਿਆਣਾ ਦਾ ਪਿੰਡ ਬੱਲੋਵਾਲ ਮਸ਼ਹੂਰ ਹੈ ਅੱਜ ਕੱਲ ਕਿਉਂਕਿ ਸਲਮਾਨ ਖਾਨ ਕਟਰੀਨਾ ਕੈਫ ਦੀ ਫਿਲਮ ਭਾਰਤ ਦੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਵਿਵਾਦਾਂ ਦੇ ਵਿੱਚ ਵੀ ਹੈ ਕਿਉਂਕਿ ਸ਼ਿਵ ਸੇਨਾ ਕਹਿ ਰਹੀ ਹੈ ਕਿ ਪਾਕਿਸਤਾਨ ਦਾ ਝੰਡਾ ਲਾਤਾ ਦੂਜੇ ਪਾਸੇ ਪਿੰਡ ਦੇ ਕੋਈ ਲੋਕ ਕਹਿ ਰਹੇ ਆ ਕਿ ਸਾਨੂੰ ਦਿੱਕਤਾਂ ਆ ਰਹੀਆਂ ਖਬਰਾਂ ਇਹ ਵੀ ਹੈ ਕਿ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੂੰ ਚੈੱਕ ਦਿੱਤੇ ਗਏ ਸੀ ਉਹ ਚੈੱਕ ਬਾਉਂਸ ਹੋ ਗਏ ਨਾ तमाम ਗੱਲਾਂ ਦੇ ਵਿੱਚ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਗੁਰਮukh ਸਿੰਘ ਜੀ ਸਾਡੇ ਨਾਲ ਨੇ ਗੁਰਮukh ਸਿੰਘ ਜੀ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਡੇਲੀ ਪੋਸਟ ਤੇ ਸਤਿ ਸ਼੍ਰੀ ਅਕਾਲ ਜੀ ਗੁਰਮੁਖ ਸਿੰਘ ਜੀ ਕੀ ਕਿਵੇਂ ਹੋਈ ਸ਼ੁਰੂਆਤ ਕਿਵੇਂ ਹੋਈ ਗੱਲਬਾਤ ਕਿਵੇਂ ਹੋਈ ਸਭ ਤੋਂ ਪਹਿਲਾਂ ਜਦੋਂ ਫਿਲਮ ਬਾਰੇ ਤੇ ਬੱਲੋਵਾਲ ਨੂੰ ਹੀ ਕਿਉਂ ਚੁਣਿਆ ਉਹਨਾਂ ਨੇ ਬੱਲੋਵਾਲ ਨੂੰ ਚੁਣਨ ਦਾ ਕੰਪਨੀ ਦਾ ਆਪ ਦਾ ਖਿਆਲ ਹੈ ਜੀ ਹੂੰ ਇਹ ਮੇਰੇ ਕੋਲੇ ਜਿਹੜੇ ਇਹਨਾਂ ਦੇ ਨੁਮਾਇੰਦੇ ਆ ਦਿੱਲੀ ਤੋਂ ਜਾਂ ਬੰਬੇ ਤੋਂ ਵੀ ਹੋ ਸਕਦੇ ਆ ਬੱਲੋਵਾਲ ਪਿੰਡ ਚ ਆਏ ਹੂੰ ਆਏ ਮੇਰੇ ਘਰ ਆਏ ਸੀਗੇ ਉਹਨਾਂ ਨੇ ਦੱਸਤਾ ਵੀ ਤੁਹਾਡੇ ਪਿੰਡ ਜਿਹੜੀ ਆ ਫਿਲਮ ਭਾਰਤੀ ਸੂਣਗ ਹੋਣੀ ਆ ਸਲਮਾਨ ਦੀ ਵੀ ਤੁਸੀਂ ਇਹਦੇ ਬਾਰੇ ਤੁਹਾਡੇ ਪਿੰਡ ਦਾ ਜਾ ਕਿਵੇਂ ਵੀ ਆ ਆ ਖੇਤ ਕਿਹੜੇ ਜ਼ਿਮੀਦਾਰਾਂ ਦੇ ਆ ਹੂੰ ਤੇ ਅੱਛਾ ਖੇਤ ਪਹਿਲਾਂ ਉਹਨਾਂ ਨੇ ਚੁਣੇ ਹੋਏ ਸੀ ਔਰ ਏਕੀ ਕਰ ਗਏ ਸੀ ਆਪ ਨੇ ਚੁਣੇ ਹੋਏ ਸੀ ਖੇਤ ਪਹਿਲੇ ਜੁੜੇ ਹੋਏ ਸੀਗੇ ਤੇ ਮੈਂ ਉਹਨਾਂ ਨੂੰ ਕਹਿ ਵੀ ਮੈਨੂੰ ਇੱਕ ਦੋ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਦੱਸ ਦੂੰ ਸਾਰਾ ਤੇ ਫਿਰ ਮੈਂ ਕਦੋਂ ਦੀ ਗੱਲ ਆ ਇਹ ਇਹ ਤਕਰੀਬਨ ਆ ਪਿੱਛੇ ਜਿਹੜੇ 1 ਤਰੀਕ ਲੰਘੀ ਆ 27 27 22 ਤਰੀਕ ਦੀ ਗੱਲ ਉਹ ਪਿਛਲੇ ਮਹੀਨੇ ਦੇ ਹੂੰ ਉਸ ਦਿਨ ਦੀ ਗੱਲ ਆ ਅਸੀਂ ਜਾ ਕੇ ਉਹਨਾਂ ਨੂੰ ਜਿਹੜੇ ਪਰਿਵਾਰ ਨੇ ਸਾਰੀ 5-7 ਜਾਣੇ ਜਿੰਨੇ ਉਹ ਟੀਮ ਵਾਲੇ ਵੀ ਸੀ ਟੋਟਲ ਕਿੰਨੇ ਕਿੱਲੇ ਥਾ ਕਿੰਨੇ ਏਕੜ تقريبا 18 ਤੋਂ 20 ਕਿੱਲੇ ਦੇ ਕਰੀਬ ਜਿਹੜਾ ਇਹਨਾਂ ਨੇ ਕਵਰ ਕਰਿਆ ਪਹਿਲਾਂ ਮੰਗੀ ਓਨੀ ਕਰੀ ਸੀ ਪਹਿਲਾਂ ਨਾ ਸੈਂਟਰ ਚੋਂ ਮਿੰਕੇ ਵਾਲੇ ਦੁਆਲੇ ਸਾਰਾ ਜੇ ਸਾਨੂੰ ਇਹਨਾਂ ਏਰੀਆ ਚਾਹੀਦਾ ਵਾ ਤੇ ਉਹ ਜਿਹੜੇ ਜਿਹੜੇ ਫਿਰ ਉਹ ਚ ਮਾਲਕ ਆਏ ਤੇ ਉਹਨਾਂ ਨੂੰ ਫੇਰ ਇਕੱਠੇ ਕਰਕੇ ਅਸੀਂ ਸਰਦਾਰ ਕੁਲਦੀਪ ਸਿੰਘ ਆਏਗੇ ਸਾਡੇ ਸਾਬਕਾ ਪੰਚ ਉਹਨਾਂ ਦੀ ਵੀ ਜ਼ਮੀਨ ਵਿੱਚ ਪੈਂਦੀ ਆ ਤੇ ਉਹਦੇ ਨਾਲ ਗੱਲ ਮੈਂ ਉਹਨਾਂ ਦੇ ਕਰ ਲਿਆ ਜਾ ਕੇ ਇਨਾਂ ਦੀ ਸਾਹਮਣੇ ਸਾਰਿਆਂ ਦੀ ਕਰਵਾ ਦਿੱਤੀ ਸੀ ਜੇ ਫਸਲ ਦਾ ਜਿਹੜਾ ਮੁਆਵਜ਼ਾ ਕਿੰਨਾ ਉਹਨਾਂ ਦੀ ਫਸਲ ਨਿਕਲਦੀ ਆ ਕਿੰਨਾ ਖਸਾਰਾ ਹੈ ਮੇਰਾ ਅਗਲਾ ਕਿ ਕੀ ਦਿੱਤਾ ਕੀ ਆ ਉਹਨਾਂ ਨੇ ਉਹਨਾਂ ਨੇ ਜੀ ਜ਼ਿੰਮੇਦਾਰਾਂ ਨੂੰ ਪੁੱਛ ਕੇ ਹੀ ਦਿੱਤਾ ਵਾ ਹੂੰ ਉਹਨਾਂ ਨੇ ਡਾਇਰੈਕਟ ਜ਼ਿੰਮੇਦਾਰਾਂ ਨਾਲ ਗੱਲ ਕਰਾਈ ਆ ਮੈਂ ਵਿੱਚ ਇਹਨਾਂ ਦੇ ਸੀਗਾ ਗਵਾਹ ਜਿਹੜਾ ਹੈਗਾ ਵਾ ਏ ਸਰਪੰਚ ਦੇ ਤੌਰ ਤੇ ਲਾ ਲੋ ਚਾਹੇ ਜਾਂ ਪਿੰਡ ਦੇ ਬੰਦੇ ਹੋਣ ਕਰਕੇ ਲਾ ਲੋ ਵੀ ਮੈਂ ਨਾਲ ਵਿੱਚ ਬੈਠ ਕੇ ਉਹਨਾਂ ਨਾਲ ਜਿਹੜੀ ਉਹਨਾਂ ਨਾਲ ਗੱਲਬਾਤ ਕਰਾਈ ਤਾਂ ਉਹ ਕੰਪਨੀ ਦੇ ਨੁਮਾਇਦੇ ਨੇ ਜੋ ਵੀ ਸੀ ਆਏ ਉਹਨਾਂ ਨੇ ਪੁੱਛਿਆ ਜ਼ਿੰਮੇਦਾਰਾਂ ਨੂੰ ਵੀ ਤੁਹਾਡਾ ਜਿਹੜਾ ਫਸਲ ਆ ਜਿਹੜੀ ਇਹ ਤੁਹਾਡਾ ਇਹਦਾ ਕਿੰਨਾ ਫਾਇਦਾ ਹੋਣਾ ਤੇ ਉਹ ਸਾਰਿਆਂ ਨੇ 50 ਤੋਂ 60000 ਦੇ ਕਰੀਬ ਦੱਸਿਆ ਤਾਂ ਉਹ ਕੰਪਨੀ ਵਾਲਿਆਂ ਨੇ ਕਿਹਾ ਵੀ ਅਸੀਂ ਤੁਹਾਨੂੰ 65000 ਰੁਪਏ ਜਿਹੜਾ ਕਿਲੇ ਦੇ ਹਿਸਾਬ ਨਾਲ ਦੇ ਦਾਂਗੇ ਤੇ ਹੋਰ ਕਰਦੇ ਕਰਾਉਂਦੇ ਗੱਲ 75000 ਚ ਮੁੱਕ ਗਈ 65000 ਕੰਪਨੀ ਲਾਉਂਦੀ ਸੀ 75000 ਇਹ ਕਿਹੜੇ ਮਹੀਨੇ ਦੀ ਗੱਲ ਹੈ ਆਈ 1 ਅਕਤੂਬਰ 1 ਦੀ ਹਮ 1 ਅਕਤੂਬਰ ਦੀ ਗੱਲ ਜੋਨਾ ਪੱਕਿਆ ਨਹੀਂ ਸੀ ਉਹਦੋ ਜੀ ਨਹੀਂ ਪੱਕਿਆ ਨਹੀਂ ਸੀਗਾ ਜੋਨਾ ਪੱਕਿਆ ਨਹੀਂ ਸੀ ਵਾਦਾ ਫਿਰ ਉਹਨਾਂ ਨੇ ਕਿਹਾ ਵਾਦੇ ਹਾਂ ਨਹੀਂ ਉਹ ਗੱਲ ਵਾਦੀ ਹੈ ਨਾ ਉਹ ਉਹਨਾਂ ਨੇ ਦੱਸਤਾ ਵੀ ਸਾਡੀ ਆਮਦਨ ਨਹੀਂ ਅਚੋਲਾਂ ਦੀ ਹਮ ਤ्यो ਫੇਰ ਉਹ ਕਰਕੇ ਚਲੋ ਸਦਾ ਗਲਤੀਪਸ ਹੋਣੀ ਸੀ ਜਾਂ ਹੋਰ ਵੀ ਉਹ ਕਹਿੰਦੇ ਵੀ ਘਟ ਨੇ ਜਾਂ ਕੁਝ ਮੈਂ ਵੀ ਕਿਹਾ ਤਾਂ ਉਹ ਕਰ ਕਰਾ ਕੇ 75000 ਜੀ ਗਲਤ ਹੈ ਹੋ ਗਈ ਉਸ ਤੋਂ ਬਾਅਦ ਫੇਰ ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਘਟਾ ਤਾਂ ਫੇਰ ਕੰਪਨੀ ਵਾਲਿਆਂ ਨੇ ਦੁਬਾਰਾ ਦਾ 80 ਤੋਂ 85000 ਤੱਕ ਕਰਤੀ ਹੁਣ ਇਹਨਾਂ ਨੂੰ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਦੀ ਫਸਲ ਦਾ ਜਿਹੜਾ ਮੁਆਵਜ਼ਾ ਜਾਂ ਉਹਨਾਂ ਦਾ ਪ੍ਰਾਪਰਟੀ ਸੀ ਸਾਰਾ ਮਿਲਾ ਕੇ ਜਾਂ ਕਣਕ ਬੀਜਣ ਨੂੰ ਵੀ ਲੇਟ ਹੋਣੀ ਆ ਉਹ ਵੀ ਵਿੱਚ ਮਿਲਾ ਕੇ ਕੁੱਲ 85000 ਪਰ ਇਕੜ ਜਿਹੜੀ ਜ਼ਮੀਨ ਆ ਉਹਨਾਂ ਨੂੰ ਦਿੱਤੀ ਜਾਣੀ ਦਿੱਤੇ ਆ ਜਾਣੇ ਪੈਸੇ ਔਰ ਦੇ ਦਿੱਤੇ ਆ ਸਾਰੇ ਉਹਨਾਂ ਨੇ ਜਿਹੜਾ ਟੋਕਨ ਮਨੀ ਹੁੰਦੀ ਹੈ ਉਹ ਪਹਿਲਾਂ ਦਿੱਤਾ ਸੀ ਥੋੜਾ ਬਹੁਤਾ ਸਾਈ ਉਹ ਤੋਂ ਬਾਅਦ ਤਾਂ ਸਾਰੇ ਉਹਨਾਂ ਨੇ ਅਕਾਊਂਟ ਚ ਪੈਸੇ ਪਾਏ ਆ ਚੈੱਕ ਤਾਂ ਕੋਈ ਕਿਸੇ ਨੂੰ ਨਹੀਂ ਦਿੱਤਾ ਹੈਗਾ ਕਈ ਮਜ਼ਦੂਰਾਂ ਨੂੰ ਜਿਹੜੇ ਚੈੱਕ ਮਿਲੇ ਆ ਜਿਹੜੇ ਪਿੰਡਾਂ ਨੇੜੇ ਤੜੇ ਦੇ ਪਿੰਡਾਂ ਦੇ ਮਜ਼ਦੂਰਾਂ ਨੂੰ ਉਹ ਲੈ ਕੇ ਜਾਂਦੇ ਉੱਥੇ ਕੰਮ ਕਰਨ ਵਾਸਤੇ ਉਹਨਾਂ ਦੇ ਚੈੱਕ ਬਾਉਂਸ ਹੋਏ ਆ ਅਖਬਾਰਾਂ ਦੇ ਵਿੱਚ ਵੀ ਅੱਜ ਖਬਰਾਂ ਛਪੀਆਂ ਉਹ ਨਹੀਂ ਮੈਨੂੰ ਪਤਾ ਜੀ ਉਹਦਾ ਉਹ ਮੇਰੇ ਨੌਲੇਜ ਕੋਈ ਗੱਲ ਨਹੀਂ ਪਰ ਮੇਰੇ ਹਿਸਾਬ ਨਾਲ ਤਾਂ ਚੈੱਕ ਕਿਸੇ ਨੂੰ ਦਿੰਦੇ ਨਹੀਂ ਕੈਸੀ ਦਿੰਦੇ ਆ ਤਾਂ ਸਾਰੇ ਤੇ ਜਾਂ ਫਿਰ ਜਾ ਜ਼ਮੀਰ ਵਾਲਿਆਂ ਦੇ ਅਕਾਊਂਟ 'ਚ ਪੈਸੇ ਪਾਇਆ ਆਰਟੀਸ ਕਰਿਆ ਸਾਰਿਆਂ ਦਾ ਹੀ ਹੋ ਗਈ ਕਲੀਅਰ ਕੋਈ ਰੌਲੇ ਵਾਲੀ ਕੋਈ ਵਿਵਾਦ ਨਹੀਂ ਕੋਈ ਗੱਲ ਨਹੀਂ ਜੀ ਸਾਬ ਨੂੰ ਨਹੀਂ ਲੱਗਦਾ ਪੈਸੇ ਪ੍ਰੋਡਕਸ਼ਨ ਹਾਊਸ ਨੂੰ ਕੀ ਫਰਕ ਪੈਣਾ ਸੀਗਾ 100-100 5-500 ਕਰੋੜ ਤੱਕ ਫਿਲਮਾਂ ਜਾਂਦੀਆਂ ਤੇ ਜੇ ਕਿਸਾਨਾਂ ਦਾ ਹੋਰ ਭਲਾ ਹੋ ਜਾਂਦਾ ਤੁਸੀਂ ਪੈਸੇ ਹੋਰ ਵਾਧੇ ਜਾਂ ਦੁੱਗਣੇ ਤੱਕ ਮੰਗ ਸਕਦੇ ਸੀਗੇ ਉਹ ਤੁਹਾਡੇ ਮੇਰੇ ਤਾਂ ਨੌਲੇਜ ਨਹੀਂ ਸੀ ਗੱਲ ਜੀ ਇਹ ਨਾ ਹੀ ਜਿੰਮੇਦਾਰੀ ਤੁਸੀਂ ਆਪ ਦੀ ਥਾਂ ਵਰਤਨ ਦਿੱਤੀ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਉੱਥੇ ਹੀ ਕਰਨਾ ਹੈ ਫਸਲ ਦੇ ਪੈਸੇ ਤਾਂ ਜਿੰਨੇ ਇੱਕ ਫਸਲ ਦੇ ਮਿਲਨੇ ਸੀ ਉਹ ਤਾਂ ਫਿਰ ਸਰਕਾਰ ਤੋਂ ਵੀ ਮਿਲ ਜਾਣੇ ਸੀ ਉਹ ਤਾਂ ਚੋਨਾ ਮੰਡੀ ਸਿੱਟ ਜਾਂਦਾ ਤਾਂ ਵੀ ਮਿਲ ਹੀ ਜਾਣੇ ਸੀਗੇ ਫਾਇਦਾ ਕੀ ਹੋਇਆ ਫਿਰ ਕਿਸਾਨ ਦਾ ਕੀ ਫਾਇਦਾ ਹੋਇਆ ਉਹ ਜੀ ਆਮ ਸਾਰੇ ਕਿਤੇ ਇਸ ਚਾਚਤਾ ਨਹੀਂ ਤੁਹਾਨੂੰ ਕਹਿਗੇ ਵੀ ਸਲਮਾਨ ਖਾਨ ਕਟਰੀਨਾ ਕਹਿ ਫੌਣਗੇ ਇਸ ਤਰ੍ਹਾਂ ਦੀ ਨਹੀਂ ਗੱਲ ਕੋਈ ਆਮ ਜਿਹੜੇ ਜਿਹੜੇ ਤੁਸੀਂ ਸਾਰੇ ਪਿੰਡਾਂ 'ਚ ਜਾਣਿਓ ਹੂੰ ਤਕਰੀਬਨ ਜਿਹੜੇ ਆਮ ਜਿਹੜੇ ਪਬਲਿਕ ਆ ਜਿਹੜੇ ਪਿੰਡਾਂ ਦੀ ਉਹ ਸਾਰੇ ਬਿੰਗਵਾਲ ਵਾਲੇ ਹੁੰਦੇ ਨਹੀਂ ਤੁਹਾਨੂੰ ਪਤਾ ਹੀ ਆ ਸਾਰੇ ਕਿ ਆਮ ਕਹਿ ਦਿੰਨੇ ਜੱਟ ਭੋਲੇ ਹੁੰਦੇ ਆ ਹਾਂ ਸਾਰੇ ਜੋ ਸਾਰੇ ਵਿੱਚ ਲੇਬਰ ਵੀ ਜੱਟ ਵੀ ਜ਼ਿਮੀਂਦਾਰ ਸਾਰੇ ਸਾਫ਼ ਸੁਥਰੇ ਬੰਦੇ ਆ ਤੇ ਉਹਨਾਂ ਨੂੰ ਇਹ ਹਈ ਹੋਈ ਨਹੀਂ ਐ ਕਿ ਵੀ ਅਸੀਂ ਇਹ ਜ਼ਮੀਨ ਦਾ ਕਿਰਾਇਆ ਲੱਗ ਤੋਂ ਲਈਏ ਇੱਕ ਖਾਸ ਗੱਲ ਦੱਸਦਾ ਤੁਹਾਨੂੰ ਜਿਹੜੇ ਕੁਲਦੀਪ ਸਿੰਘ ਨੇਗੇ ਉਹਨਾਂ ਨੂੰ ਹੀ ਮੈਂ ਜਾ ਕੇ ਮਿਲਿਆ ਉਹਨਾਂ ਦੀ ਜ਼ਮੀਨ ਵਪਾਰੀ ਆ ਤੁਸੀਂ ਅੜ ਜਾਂਦੇ ਵੀ ਨਹੀਂ ਦੁੱਗਣੇ ਪੈਸੇ ਲਵਾਂਗੇ ਨਹੀਂ ਜੀ ਨਹੀਂ ਉਹਨਾਂ ਨੂੰ ਮੈਂ ਕਿਹਾ ਚਾਚਾ ਜੀ ਵੀ ਤੁਹਾਡੀ ਜ਼ਮੀਨ ਆ ਉਹ ਮਾਲਕ ਤਾਂ ਹੁਣ ਉਹ ਨੇ ਤੇ ਉਹਨਾਂ ਦੀ ਜ਼ਮੀਨ ਮਾਮਲੇ ਤੇ ਲਈ ਰੰਜੀਤ ਸਿੰਘ ਨੇ ਇੱਕ ਸਾਡੇ ਨਗਰ ਦਾ ਹੀ ਲੜਕਾ ਵਾ ਤੇ ਉਹ ਕਹਿੰਦੇ ਵੀ ਉਹ ਉਹਨਾਂ ਜਿੰਨਾ ਚਿਰ ਮੈਂ ਮਾ ਦਿੱਤੀ ਆ ਮਾਮਲੇ ਤੇ ਜ਼ਮੀਨ ਤੇ ਉਹਨਾਂ ਦੇ ਨਾਲ ਹੀ ਉਹ ਮਾਲਕਾ ਉਹਦੇ ਨਾਲ ਗੱਲ ਕਰੋ ਹੂੰ ਉਹਨੂੰ ਵੀ ਬੁਲਾਇਆ ਉੱਥੇ ਰੰਜੀਤ ਸਿੰਘ ਨੂੰ ਜੋ ਵੀ ਉਹਦਾ ਪ੍ਰੋਫਿਟ ਜਾਂ 10-20 ਹਜ਼ਾਰ ਵੱਧ ਵੀ ਫਸਲ ਤੋਂ ਆਇਆ ਤਾਂ ਉਹ ਮੇਨ ਮਾਲਕ ਨੇ ਨਹੀਂ ਲਿਆ ਜਿਹੜੀ ਫਸਲ ਜ਼ਿਮੀਦਾਰ ਦੀ ਸੀ ਮਾਮਲੇ ਤੇ ਲੈ ਕੇ ਵੀਜੀ ਤੇ ਰஞ்சிਤ ਸਿੰਘ ਉਹਨਾਂ ਨੂੰ ਉਹ ਕਹਿੰਦੇ ਇਹਨੂੰ ਦੇ ਦਿਓ ਮੈਂ ਨਹੀਂ ਲੈਣਾ ਉਹ ਫਿਰ ਕਿੱਥੋਂ ਕਰਾਇਆ ਲੈਣਗੇ ਉਹ ਹੂੰ ਉਹ ਲਾਲਚ ਹੀ ਨਹੀਂ ਕਰਦੇ ਕਿ ਮਾਲਕ ਹੀ ਨਹੀਂ ਜਦ ਲੈ ਰਹੇ ਹੈਗੇ ਕਿਰਾਇਆ ਉਹਨਾਂ ਨੇ ਕਿੱਥੋਂ ਲੈਣਾ ਤੇ ਬੜੀ ਵੈਸੇ ਖੂਬਸੂਰਤ ਗੱਲ ਹੈ ਪੰਜਾਬ ਦੇ ਕਿਸਾਨ ਦੀ ਇਹ ਖੂਬਸੂਰਤੀ ਹੈ ਕਿ ਲਾਲਚ ਨਹੀਂ ਦਿਖਾਇਆ ਨਹੀਂ ਤਾਂ ਆਮ ਤੌਰ ਤੇ ਜੇ ਉਹਨਾਂ ਨੇ ਥਾਂ ਮਿੱਥ ਲਿਆ ਸੀ ਕਿ ਅਸੀਂ ਇਸੇ ਜਗ੍ਹਾ ਦੇ ਉੱਤੇ ਸ਼ੂਟਿੰਗ ਕਰਨੀ ਹੈ ਤਾਂ ਉਹ ਅੜ ਜਾਂਦੇ ਜਿੰਨੇ ਮਰਜ਼ੀ ਪੈਸੇ ਮੰਗ ਸਕਦੇ ਸੀ ਹਾਂਜੀ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਹੂੰ ਇਹ ਹੁਣ ਕੰਪਨੀ ਨੂੰ ਚਾਹੀਦਾ ਉਹ ਬੱਲਵਾਲ ਦਾ ਸਾਥ ਦੇਣ ਇਹਦੋਂ ਪਹਿਲਾਂ ਵੀ ਸ਼ੂਟਿੰਗਾਂ ਹੋਈਆਂ ਕਿਸੇ ਫਿਲਮ ਪਹਿਲਾਂ ਸ਼ੂਟਿੰਗਾਂ ਇੱਥੇ ਹੋਈ ਗੁਜਰਵਾਲ ਹੋਈ ਹੈ ਜੀ ਪਹਿਲਾਂ ਦੰਗਲ ਤੇ ਸੁਲਤਾਨ ਦੋ ਹੋਈਆਂ ਨੇ ਸਾਡੇ ਗੁਜਰਾਲ ਪਰ ਇਸ ਵਾਰ ਇਨੀ ਹਾਈਪ ਕਿਉਂ ਬਣੀ ਅਮੀਰ ਖਾਨ ਵੀ ਆਈ ਸੀ ਇੱਥੇ ਪਰ ਇਸ ਵਾਰ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਬੱਲੋਵਾਲ ਦਾ ਨਾਂ ਹਰ ਪਾਸੇ ਹੋ ਰਿਹਾ ਹਾਂਜੀ ਇਸ ਵਾਰ ਚਰਚਾ ਮੈਨੂੰ ਵੀ ਇਹ ਲੱਗਦਾ ਵਾ ਜਿਹੜੀ ਇਹਨਾਂ ਨੇ ਇੱਕ ਤਾਂ ਫਿਲਮ ਦਾ ਨਾਂ ਹੀ ਭਾਰਤ ਆ ਤੇ ਇਹਦੇ ਚ ਵੀ ਪਬਲਿਕ ਨੂੰ ਜਿਹੜਾ ਲੱਗੂਗਾ ਵੇ ਵਾਕਈ ਨੋ ਹੀ ਇਦਾਂ ਦਾ ਹੈਂਜੀ ਸ਼ੁਰੂਆਤੀ ਤੇ ਦੂਸਰੀ ਗੱਲ ਖਾਸ ਇਹਤ ਜਿਹੜੀ ਆਉਂਦੀ ਆ ਵੀ ਪਾਕਿਸਤਾਨ ਜਿਹੜਾ ਤੇ ਭਾਰਤ ਆ ਇਹਨਾਂ ਦਾ ਇਹ ਵੀ ਸੁਰਖੀਆਂ ਜੀ ਰਹਿੰਦਾ ਪਤਾਈ ਆਪਾਂ ਨੂੰ ਤੁਸੀਂ ਕੀ ਸੋਚਦੇ ਹੋ ਕਿਉਂਕਿ ਅੱਜ ਸ਼ਿਵ ਸੈਨਾ ਵਾਲਿਆਂ ਨੇ ਪ੍ਰੋਟੈਸਟ ਕੀਤਾ ਉਹ ਕਹਿੰਦੇ ਕਿ ਪਾਕਿਸਤਾਨ ਦਾ ਝੰਡਾ ਬੱਲੋ ਵਾਲਾ ਆ ਕੇ ਲਾਤਾ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਆਪਦੇ ਸੈੱਟ ਅੰਦਰ ਲਾਇਆ ਹੋਇਆ ਜੀ ਉਹਨਾਂ ਨੇ ਪਬਲਿਕਲੀ ਥੋੜੀ ਲਾਇਆ ਹੋ ਜਾਂ ਤਾਂ ਉਹ ਬਾਹਰ ਸੜਕਾਂ ਤੇ ਲਾਉਣ ਜਾਂ ਕਿਤੇ ਹੋਰ ਲਾਉਣ ਬਾਹਰ ਫੇਰ ਤਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਤੁਸੀਂ ਕਿਉਂ ਪਬਲਿਕਲੀ ਲਾ ਨਹੀਂ ਸਕਦੇ ਇਹ ਉਹਨਾਂ ਨੇ ਸੈੱਟ ਬਣਾਇਆ ਹੋਇਆ ਕੰਪਨੀ ਦੇ ਅੰਦਰ ਆਪਦਾ ਉੱਥੇ ਹੀ ਲਾਇਆ ਹੋਇਆ ਵਾ ਉਹ ਅੰਦਰ ਜਿਵੇਂ ਮੇਰਾ ਹੁਣ ਬਾਗਲਾ ਵਰਕਸ਼ਾਪ ਦਾ ਲਾਓ ਤੁਸੀਂ ਮੈਂ ਅੰਦਰ ਆਪਦੇ ਕੁਝ ਲਾਵ ਇਹਨੂੰ ਜਨਤਨ ਆਦਾ ਕੋ ਜਨਤਨ ਮੇਦ ਨਾ ਕੋਈ ਮਤਲਬ ਨਹੀਂ ਅੰਦਰ ਕੋਈ ਵੀ ਲਾ ਸਕਦਾ ਉਹਨਾਂ ਨੇ ਕਿਰਾਏ ਤੇ ਜ਼ਮੀਨ ਲਈ ਆ ਆਪਾਂ ਕਿਰਾਏ ਤੇ ਕਿਸੇ ਕੰਮ ਕਰ ਲਈ ਕੋਈ ਵੀ ਜਗਾ ਲੈਣੇ ਆ ਜਾਂ ਕੋਈ ਵੀ ਕਿਤੇ ਲਵੇ ਤਾਂ ਉਹਨੇ ਆਪਦਾ ਕੰਮ ਕਰਨਾ ਅੰਦਰ ਕੰਮ ਕਰ ਰਹੇ ਆ ਉਹ ਉਹਨਾਂ ਨੇ ਕੋਈ ਜੰਗ ਥੋੜੀ ਛੜੀ ਹੈ ਜਾਂ ਕੋਈ ਹੋਰ ਹੈ ਨਾ ਕੰਮ ਕਰ ਰਹੇ ਆ ਕਰਾਏ ਤੇ ਜ਼ਮੀਨ ਲਈ ਆ ਅੰਦਰ ਲਈ ਆ ਉਹਨਾਂ ਨੇ ਸੈੱਟ ਬਣਾਇਆ ਉਹਦਾ ਤੁਹਾਡੇ ਪਿੰਡ ਦੇ ਲੋਕ ਕਹਿੰਦੇ ਆ ਵੀ ਸਾਨੂੰ ਬੜੀ ਦਿੱਕਤ ਹੋ ਰਹੀ ਹੈ ਅਸੀਂ ਪਿੰਡ ਜਾਣਾ ਹੈ ਸਾਨੂੰ ਵਲਕੇ ਜਾਣਾ ਪੈਂਦਾ ਚਾਰ ਪੰਜ ਕਿਲੋ ਮੋਲਮ ਹੈਗੀ ਆ ਇਹ ਤਾਂ ਜਿਹੜੇ ਲੋਕ ਕਹਿੰਦੇ ਆ ਬਿਲਕੁਲ ਸਹੀ ਆ ਜਾਨ ਆਉਣ ਦੀ ਪ੍ਰੋਬਲਮ ਤਾਂ ਆਉਦੀ ਹੋਈ ਆ ਇਹ ਇਹ ਗੱਲ ਨੂੰ ਜਿਵੇਂ ਸਭ ਸਿੱਧਾ ਲੰਘ ਜਾਣਾ ਬੱਲੋਵਾਲ ਨੇ ਜੋਧਾ ਨੂੰ ਤਾਂ ਉਹਨਾਂ ਨੂੰ ਕਚੇਰੇ ਚ ਵੀ ਜਾਣਾ ਪੈਂਦਾ ਤੇ ਉੱਪਰ ਦੀ ਵੀ ਜੇ ਜਿਵੇਂ ਡੇ ਹੋ ਕੇ ਟੈਪੀ ਵੱਲ ਦੀ ਜਾਣਾ ਪੈਂਦਾ 1-2 ਕਿਲੋਮੀਟਰ ਜਾਦੇ ਪਊਗਾ ਇਹ ਪ੍ਰੋਬਲਮ ਲੋਕਾਂ ਨੂੰ ਤਾਂ ਆਮ ਨਾਰਮਲ ਹੁੰਦੀ ਆ ਤੇ ਬਾਕੀ ਥੋੜਾ ਜਿਆ ਐਨਾਂ ਨੂੰ ਸਿਸਟਮ ਕੰਪਨੀ ਨੂੰ ਚਾਹੀਦਾ ਵਾ ਜਿਵੇਂ ਆਮ ਜਿਹੜੇ ਨੇੜੇ ਵਾਲੇ ਜਿਹੜੇ ਹੈਗਾ ਲੋਕ ਉਹਨਾਂ ਨੂੰ ਚਾਹ ਹੁੰਦਾ ਦੇਖਣ ਦਾ ਤੇ ਇਹ ਵੀ ਲੋਕਾਂ ਦੇ ਮਨ ਚ ਰੋਸ ਹੈਗਾ ਵਾ ਵੀ ਸਾਨੂੰ ਦੇਖਣ ਨਹੀਂ ਦਿੱਤਾ ਜਾਂਦਾ ਪਿੰਡ ਵਾਲਿਆਂ ਚਾਹ ਹੈਗਾ ਸਲਮਾਨ ਖਾਨ ਨੂੰ ਦੇਖਣ ਦਾ ਚਾਹ ਤਾਂ ਹੈਗਾ ਸਾਰੇ ਇੱਕ ਟ੍ਰੀਨਾ ਦਾ ਜ਼ਿਆਦਾ ਚਾਹ ਹੈ ਇਹ ਕੰਟਰੀ ਨਾ ਦਾ ਵੀ ਹੋ ਸਕਦਾ ਸਭ ਨੂੰ ਜੜੀ ਹੁੰਦਾ ਹੀ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਚਾਹ ਤਾਂ ਹੁੰਦਾ ਹੀ ਹੈ ਜੋ ਕੰਮ ਹੋ ਰਿਹਾ ਇੱਥੇ ਦੇ ਮੈਂ ਇਹ ਸੋਚਦਾ ਕੰਪਨੀ ਨੂੰ ਵੀ ਉਹਨਾਂ ਨੇ ਸਕਿਉਰਟੀ ਵੀ ਰੱਖਣੀ ਆ ਆਪਦੀ ਜੇ ਜੇ ਆਮ ਪਬਲਿਕ ਨੂੰ ਜਾਣ ਦਿੱਤਾ ਜਾਵੇ ਤਾਂ ਅੰਦਰ ਨੁਕਸਾਨ ਵੀ ਹੋ ਸਕਦਾ ਦੋਨਾਂ ਪਾਸੇ ਦੇਖਣਾ ਪੈਂਦਾ ਹੁਣ ਕੰਪਨੀ ਨੇ ਆਪਦਾ ਵੀ ਦੇਖਣਾ ਕੋਈ ਸਟਾਰ ਆਏ ਹੋਏ ਨੇ ਤੇ ਸਲਮਾਨ ਆਇਆ ਹੋਇਆ ਕੀ ਪਤਾ ਬੰਦਿਆਂ ਦੇ ਵਿੱਚ ਦੀ ਕੋਈ ਲੰਗੇ ਆਵੇ ਉਹਨਾਂ ਨੇ ਆਪਦੀ ਸੇਫਟੀ ਵੀ ਦੇਖਣੀ ਆ ਤੇ ਇਹ ਕੋਈ ਇੰਨਾ ਦਾ ਕੰਪਨੀ ਨੂੰ ਚਾਹੀਦਾ ਸੜਕ ਬਾਹਰੋਂ ਹੀ ਬਲੌਕ ਕਰਤੀ ਉੱਥੇ ਪੁਲਿਸ ਵੀ ਬੈਠੀ ਆ ਉਹਨਾਂ ਦੇ ਪ੍ਰਾਈਵੇਟ ਆਪ ਦੇ ਗਾਰਡ ਵੀ ਬਿਠਾ ਰੱਖੇ ਨੇ ਉੱਥੇ ਬੌਂਸਰ ਵੀ ਨੇ ਜਿਹੜੇ ਉਹਨਾਂ ਦੇ ਸਿਕਿਉਰਟੀ ਗਾਰਡ ਉਹ ਵੀ ਬੈਠੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਵੀ ਸੜਕ ਜਿਹੜੀ ਮੇਨ ਆ ਉਹਨੂੰ ਬਲੌਕ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜੀ ਮੈਨੂੰ ਇਹ ਗੱਲ ਤਾਂ ਸੱਚੀ ਆ ਜਿਵੇਂ ਨਹਿਰਤੀ ਇਹਨਾਂ ਨੇ ਲਾਤਾ ਪਰ ਉਹ ਉਦੋਂ ਅੱਗੇ ਲਾ ਨਹੀਂ ਸਕਦੇ ਉਹ ਤੋਂ ਰਸਤਾ ਨਹੀਂ ਉਧਰ ਉਧਰ ਜਾਂਦਾ ਦੂਸਰੇ ਪਾਸੇ ਨੂੰ ਕੋਈ ਫਿਰ ਉਹ ਲੋਕ ਉਤੋਂ ਮੁੜਨਗੇ ਕਿਵੇਂ ਇਤੋਂ ਤਾਂ ਹੁਣ ਇੱਕ ਹੈਗੀ ਏ ਟਾਰਨਾਵਾ ਵੀ ਇਤੋਂ ਇਧਰ ਨੂੰ ਜਾਓ ਇਹ ਰਸਤਾ ਦੂਸਰੇ ਸਾਈਡ ਨੂੰ ਸਾਈਡ ਜਿਹੜਾ ਕਰਿਆ ਹੋਇਆ ਤਾਂ ਉਰੇ ਲਾਇਆ ਜੇ ਅੱਗੇ ਜਾ ਕੇ ਲਾਉਂਦੇ ਤਾਂ ਫਿਰ ਲੋਕਾਂ ਨੂੰ ਉੱਤੇ ਜਾ ਜਾ ਮੋੜਨਾ ਪੈਣਾ ਸੀ ਤੇ ਇਹ ਇਹ ਲੱਗਦਾ ਕਿ ਫਿਲਮਾਂ ਪੰਜਾਬੀ ਦੀਆਂ ਵੀ ਫਿਲਮਾਂ ਬਹੁਤ ਬਣ ਰਹੀਆਂ ਹਨ ਗੁਰਮਖਜੀਪ ਇਸ ਇੰਡਸਟਰੀ ਨੂੰ ਜੇ ਥੋੜਾ ਪਰਫਲਤ ਕੀਤਾ ਜਾਵੇ ਲੁਧਿਆਣੇ ਦੇ ਆਸ-ਪਾਸੇ ਫਿਲਮ ਇੰਡਸਟਰੀ ਵਰਗੀ ਕੋਈ ਚੀਜ਼ ਆਵੇ ਇਸ ਤਰ੍ਹਾਂ ਪਰਫਲਤ ਹੋਵੇ ਸਾਡੀਆਂ ਵੀ ਫਿਲਮਾਂ ਬਣਨ ਤਾਂ ਜ਼ਿੰਮੇਦਾਰ ਦਾ ਬਹੁਤ ਫਾਇਦਾ ਹੋ ਸਕਦਾ ਕਿਉਂਕਿ ਕੁਝ ਦਿਨਾਂ ਦੇ ਵਿੱਚ ਉਹਨੂੰ ਪੂਰੀ ਸਾਲ ਦੀ ਮਿਹਨਤ ਜਿੰਨੇ ਪੈਸੇ ਮਿਲ ਗਏ ਇਹ ਬਿਲਕੁਲ ਸੱਚੀ ਗੱਲ ਹੈ ਜੀ ਹੋਣਾ ਚਾਹੀਦਾ ਇਹ ਜ਼ਿੰਮੇਦਾਰ ਨੂੰ ਵੀ ਲਾਭ ਹੋਣਾ ਤੇ ਆਮ ਪਬਲਿਕ ਨੂੰ ਵੀ ਲਾਭ ਹੋਣਾ ਪਰ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਉਹਨਾਂ ਨੂੰ ਉਹ ਏਰੀਆ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਵਾ ਵੀ ਜਿਹੜੀ ਲੋਕਾਂ ਨੂੰ ਪ੍ਰੋਬਲਮ ਨਾ ਕੋਈ ਆਵੇ ਜੇ ਉਹੋ ਜੀ ਜਗ੍ਹਾ ਇਹ ਚੁਣਨ ਜਿੱਤੇ ਆਮ ਰਾਹੀਗਰਾਂ ਨੂੰ ਔਖਾ ਨਾ ਹੋਵੇ ਤੇ ਜਾਂ ਉਹਨਾਂ ਦਾ ਸਿਸਟਮ ਬਣਾ ਕੇ ਦੇਣ ਜਿਵੇਂ ਵੀ ਪਬਲਿਕ ਨੂੰ ਪਹਿਲਾਂ ਪੁੱਛ ਕੇ ਕੀਤੀ ਜਾਵੇ ਬਿਲਕੁਲ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਤਾਂ ਇਹ ਏਰੀਆ ਤਰੱਕੀ ਕਰ ਸਕਦਾ ਤੁਹਾਡਾ ਆਪਣਾ ਪਾਸ ਬਣਿਆ ਉੱਥੇ ਜਾਣਾ ਮੇਰਾ ਵਾਸਤਾ ਬਣਿਆ ਹੋਇਆ ਪਰ ਮੈਂ ਗਿਆ ਹੁਣ ਤੱਕ ਨਹੀਂ ਜੀ ਸਲਮਾਨ ਖਾਨ ਨੂੰ ਨਹੀਂ ਮਿਲੇ ਤੁਸੀਂ ਸਲਮਾਨ ਖਾਨ ਨੂੰ ਨਹੀਂ ਮਿਲਿਆ ਉਹ ਜੇ ਕੰਪਨੀ ਕਹੂਗੀ ਜਾਂ ਨਮਾਇंदे ਕਹਿਣਗੇ ਤਾਂ ਜ਼ਰੂਰ ਮਿਲਾਂਗੇ ਮੈਂ ਆ ਵੀ ਭੀਜੀਆ ਕਿਹੜਾ ਵੀ ਨਹੀਂ ਉਹਨਾਂ ਨੇ ਲਾਇਆ ਸਲਮਾਨ ਨੇ ਜਾਂ ਕੈਟਰੀਨਾ ਨੇ ਉਹ ਪਿੰਡ ਚ ਆਏ ਨਹੀਂਗੇ ਨਹੀਂ ਪਿੰਡ ਚ ਨਹੀਂ ਆਏ ਹੈਗੇ ਜੀ ਉਹ ਬਿਲਕੁਲ ਨਹੀਂ ਆਏ ਹੈਗੇ ਪਿੰਡ ਵਾਲਿਆਂ ਤੋਂ ਡਰਦੇ ਕੀ ਗੱਲ ਇਹ ਕਿਉਂਕਿ ਬੜੀ ਹਾਈਪ ਹੈ ਜੇ ਤੁਸੀਂ ਸਟਾਰ ਹੈਗੇ ਹੋ ਤਾਂ ਠੀਕ ਹੈ ਜੇ ਪਿੰਡ ਚ ਆਏ ਹੋ ਤਾਂ ਪਿੰਡ ਚ ਗੇੜਾ ਮਾਰ ਸਕਦੇ ਹੋ ਗੇੜਾ ਮਾਰਦਾ ਮੈਂ ਰਾਤੋਂ ਪਰੇ ਦੀ ਲੰਗੇ ਜੋਧਾਂ ਬਲਦੀ ਉਹ ਪਬਲਿਕ ਦਾ ਜਿਹੜਾ ਹੈਗਾ ਸਿਸਟਮ ਉਹਤੇ ਕਾਠੀ ਬਹੁਤ ਕਰਿਆ ਹੋਇਆ ਸੀ ਦੇ ਕੋਈ ਆਮ ਆਪਾਂ ਕੋਈ ਵੀ ਹੈ ਚਾਹੇ ਸਟਾਰ ਆ ਚਾਹੇ ਜਾਂ ਬੰਦਾ ਜੀ ਹੁਣ ਇਕੱਠੇ ਜਾਊਗਾ ਅਗਲਾ ਡਰਦਾ ਭੀੜ ਚ ਵੀ ਇਧਰ ਉਧਰ ਕੋਈ ਛੇੜਛਾੜ ਨਾ ਕਰ ਦਵੇ ਤੇ ਇਹ ਗੱਲ ਤੋਂ ਵੀ ਆਮ ਜਨਤਾ ਨੂੰ ਵੀ ਚਾਹੀਦਾ ਵੀ ਉਹ ਜਿਹੜਾ ਭਰੋਸਾ ਬਣਾ ਕੇ ਰੱਖਣ ਜਿਹੜਾ ਅਗਲੇ ਨੂੰ ਪਤਾ ਲੱਗੇ ਵੀ ਇੱਥੇ ਨਹੀਂ ਰੋਲਾ ਪਊਗਾ ਤਾਂ ਹੀ ਆਊਗਾ ਅਗਲਾ ਕੋਈ ਸ਼ਰਤਾਂ ਨਹੀਂ ਰੱਖੀਆਂ ਤੁਸੀਂ ਜਦੋਂ ਥਾਂ ਦਿੱਤਾ ਪਿੰਡ ਦਾ ਉਦੋਂ ਕੋਈ ਸ਼ਰਤਾਂ ਵੀ ਰੱਖੀਆਂ ਨਹੀਂ ਸ਼ਰਤਾਂ ਤਾਂ ਉਦੋਂ ਮਾਲਕਾਂ ਨੇ ਰੱਖਣੀਆਂ ਸੀਗੀਆਂ ਜਿਹੜੇ ਜਿਹੜੇ ਜ਼ਮੀਨ ਮਾਲਕ ਨੇ ਆਪਣਾ ਕਿਹੜਾ ਉੱਤੇ ਕੁਸ ਹੈਗਾ ਵਾ ਹਾਂਜੀ ਵੀ ਵੀ ਆਪਾਂ ਸ਼ਰਤਾਂ ਰੱਖੀਆਂ ਉਹਨਾਂ ਨੇ ਕੋਈ ਸ਼ਰਤਾਂ ਰੱਖੀਆਂ ਉਹਨਾਂ ਨੇ ਸ਼ਰਤਾਂ ਹੀ ਕਮਿਟਮੈਂਟ ਹੀ ਰੱਖੀ ਆ ਵੀ ਜਿਹੜੀ ਸਾਡੀ ਜ਼ਮੀਨ ਆ ਤੁਹਾਡੀ ਅਸੀਂ ਇਹ 18 ਤਰੀਕ ਤੱਕ ਸਾਡੀ ਸ਼ੂਟਿੰਗ ਹੋਣੀ ਆ 25 ਤਰੀਕ ਤੱਕ ਤੁਹਾਡੀ ਆ 25 ਜਿਹੜਾ ਹੁਣ ਮਹੀਨਾ ਕਿਹੜਾ ਵਾ ਹੈ ਇਹ 25 ਤਰੀਕ ਤੱਕ ਵੀ ਉਹ ਖਾਲੀ ਕਰਕੇ ਦੇਣਗੇ 25 ਨਵੰਬਰ ਤੱਕ ਖਾਲੀ ਕਰਕੇ ਦੇਣਗੇ ਜੇਕਰ ਕਿਸੇ ਕਾਰਨ ਗੱਲ ਮੀ ਆਉਂਦਾ ਜਾਂ ਸ਼ੂਟਿੰਗ ਲੇਟ ਹੁੰਦੀ ਆ ਜਾਂ ਕਈ ਵਾਰੀ ਨਮਾਇੰਦਾ ਹੀ ਕੋਈ ਬਿਮਾਰ ਹੋ ਜਾਂਦਾ ਤਾਂ ਜੇ ਉਹਦੋਂ ਵੱਧ ਟਾਈਮ ਲੱਗੂ ਉਹਦੇ ਅਲੱਗ ਤੋਂ ਪੈਸੇ ਜਿਹੜੇ ਆ ਉਹ ਤੈਅ ਕੀਤੇ ਜਾਣਗੇ 25 ਤਰੀਕ ਨੂੰ ਇਹਨਾਂ ਨੇ ਸਾਨੂੰ ਜਿਹੜਾ ਮੇਰੇ ਸਾਹਮਣੇ ਕਰ ਪਰ ਇਹ ਹੁਣ ਸਲਮਾਨ ਖਾਨ ਵਾਪਸ ਚਲੇਗੇ ਦੱਸ ਦਿਆ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ ਵਾ ਵੀ ਉਹ ਚਲੇ ਗਏ ਨੇ ਫੇਰ ਆਉਣਗੇ ਜਦ ਇੱਕ ਦੋ ਦਿਨਾਂ ਦੁਬਾਰਾ ਸ਼ੂਟਿੰਗ ਹੋਊਗੀ ਲੱਗਿਆ ਇੰਨਾ ਕਿ ਮੈਨੂੰ ਪੱਕਾ ਨਹੀਂ ਵਧਾ ਪਰ ਮੈਨੂੰ ਪਤਾ ਲੱਗਿਆ ਪਿੰਡ ਵਾਲੇ ਨਾਰਾਜ਼ ਐ ਤੁਸੀਂ ਜਾਓ ਪਿੰਡ ਚ ਉਹਨਾਂ ਨੂੰ ਮਨਾਓ ਕਿ ਕੋਈ ਗੱਲ ਨਹੀਂ ਜੇ ਥੋੜਾ ਥੋੜਾ ਬਹੁਤ ਨੁਕਸਾਨ ਚਲਣਾ ਪੈ ਰਿਹਾ ਬਹੁਤਿਆਂ ਦਾ ਫਾਇਦਾ ਵੀ ਹੋਇਆ ਇੱਥੇ ਪਿੰਡ ਵਾਲਿਆਂ ਦਾ ਜੀ ਸਭ ਦਾ ਆਪ ਦਾ ਆਪ ਦਾ ਖਿਆਲ ਆ ਹੂੰ ਆਪਾਂ ਆਪਸੀ ਸਰਪੰਚ ਉਹਨਾਂ ਤੁਹਾਡੇ ਤੋਂ ਜ਼ਿਆਦਾ ਉਮੀਦਾਂ ਰੱਖਦੇ ਨੇ ਉਹ ਹਾਂਜੀ ਮੈਂ ਤਾਂ ਪਿੰਡ ਦੇ ਨਾਲ ਹੀ ਮਿਲ ਕੇ ਚੱਲਦਾ ਹਮੇਸ਼ਾ ਜਿਵੇਂ ਪਿੰਡ ਸਾਡਾ ਕਹੂਗਾ ਮੈਂ ਓਵੇਂ ਹੀ ਕਰਨਾ ਹਨਾ ਜਿਵੇਂ ਪਿੰਡ ਦੀ ਸੰਗਤ ਕਹੂਗੀ ਓਵੇਂ ਹੀ ਕਰਨਾ ਇਹ ਬਾਕੀ ਜਿਹੜੇ ਜ਼ਮੀਨ ਦੇ ਮਾਲਕ ਆ ਉਹਨਾਂ ਦਾ ਅਲੱਗ ਆ ਉਹ ਸਟੈਂਡਰਡ ਮਾਲਕ ਨੇਗੇ ਉਹਨਾਂ ਨੇ ਕੰਪਨੀ ਨਾਲ ਗੱਲ ਕਰੀ ਆ ਪੈਸੇ ਲੈਣੇ ਆ ਜੇ ਉਹਨਾਂ ਨੂੰ ਲੋੜ ਪਊ ਤਾਂ ਫਿਰ ਤੋਂ ਵੀ ਦੇ ਸਕਦੇ ਆ ਉਹ ਹੂੰ ਹਾਂਜੀ ਜ਼ਮੀਨ ਜਿਹੜੀ ਆ ਅਗਲੇ ਦੀ ਏ ਐਗਰੀਕਲਚਰ ਆ ਤੇ ਜਿੰਨਾ ਉਹਦਾ ਨੁਕਸਾਨ ਹੁੰਦਾ ਉਹ ਪੈਸੇ ਪੂਰੇ ਲੈਂਦੇ ਆ ਜਿੰਨਾ ਉਹਦੇ ਮਨ ਚ ਆਉਂਦਾ ਜਾਂ ਜਿਵੇਂ ਖਰਚਾ ਆਉਂਦਾ ਜੇ ਆਮ ਪਬਲਿਕ ਜਿਹੜੀ ਜੇ ਕੋ ਨੂੰ ਪ੍ਰੋਬਲਮ ਆਉਂਦੀਆਂ ਨੇ ਤਾਂ ਉਹ ਮੈਂ ਪਿੰਡ ਦੇ ਨਾਲ ਹੀ ਆ ਜਿਵੇਂ ਕਹਿਣਗੇ ਉਵੇਂ ਕਰਾਂਗੇ ਬਿਲਕੁਲ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਬਿਲਕੁਲ ਜੀ ਬਿਲਕੁਲ ਤੁਹਾਡਾ ਧੰਨਵਾਦ ਜੀ ਪਿੰਡ ਆਇਓ ਸਾਡੇ ਸਾਡੇ ਪਿੰਡ ਦੀ ਪਿੰਡ ਦੀ ਜਿਹੜੀ ਗੱਲ ਆ ਮੈਨੂੰ ਤਾਂ ਇੰਨੀ ਥੋੜਾ ਜਿਹਾ ਹੈ ਮਨ ਚ ਖੁਸ਼ੀ ਵੀ ਜਿਹੜਾ ਆ ਦੋ ਚਾਰ ਦਿਨਾਂ ਦਾ ਮਾਹੌਲ ਬਣਿਆ ਹੋਇਆ ਇਹ ਸਾਰੇ ਪਿੰਡ ਦੇ ਵਿੱਚ ਬੱਲੋਵਾਲ ਦਾ ਨਾਮ ਵੀ ਬਣਿਆ ਤੇ ਨਾਲੇ ਆਮ ਸਾਰੇ ਲੋਕ ਤੁਹਾਡੇ ਅਰਗੇ ਵੀ ਸਾਰੇ ਹੋਰ ਸਾਰੇ ਇੱਥੇ ਆਏ ਤੇ ਜੇ ਹੋਇਆ ਤਾਂ ਤਾਂ ਹੀ ਆਏ ਨੇ ਬਿਲਕੁਲ ਹਾਂਜੀ ਸਵਾਲ ਇਹ ਨਹੀਂ ਹੈ ਕਿ ਸ਼ੂਟਿੰਗ ਪਿੰਡ ਦੇ ਵਿੱਚ ਚੱਲ ਰਹੀ ਹੈ ਸਲਮਾਨ ਖਾਨ ਜਾਂ ਕਟਰੀਨਾ ਕੈਫ ਆਏ ਨੇ ਸਵਾਲ ਇਹ ਹੈ ਕਿ ਪਿੰਡ ਦੇ ਲੋਕਾਂ ਦਾ ਜਾਂ ਆਸ-ਪਾਸ ਦੇ ਇਲਾਕੇ ਦਾ ਫਾਇਦਾ ਜਾਂ ਨੁਕਸਾਨ ਕੀ ਹੈ ਜੇ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਤਾਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਜੇ ਉਹਨਾਂ ਨੂੰ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਇਹਦੇ ਬਾਰੇ ਵਿਚਾਰ ਕਰਨਾ ਬਹੁਤ ਲਾਜ਼ਮੀ ਹੈ ਪਿੰਡ ਦੇ ਲੋਕਾਂ ਦੀ ਜੋ ਸਮੱਸਿਆਵਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਪਰ ਜੇਕਰ ਫਿਲਮ ਇੰਡਸਟਰੀ ਪੰਜਾਬ ਵੱਲ ਲੁਧਿਆਣੇ ਜ਼ਿਲ੍ਹੇ ਦੇ ਵੱਲ ਬੱਲੋਵਾਲ ਗੁੱਜਰਵਾਲ ਵਰਗੇ ਪਿੰਡਾਂ ਦੇ ਵੱਲ ਆ ਰਹੀ ਹੈ ਤਾਂ ਇਹ ਇੱਕ ਪੋਜ਼ਿਟਿਵ ਸਾਈਨ ਹੈ ਔਰ ਪੰਜਾਬ ਦੇ ਉਹਨਾਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ ਜੋ ਸਾਰੀ ਸਾਰਾ ਸਾਲ ਫਸਲ ਦੀ ਰਾਖੀ ਕਰਕੇ ਮੰਡੀਆਂ ਚ ਸੁੱਟ ਕੇ ਜਿੰਨੇ ਪੈਸੇ ਇੱਕ ਜ਼ਿਮੀਂਦਾਰ ਕਮਾ ਰਿਆ ਸੀ ਉਹ ਚੰਦ ਦਿਨਾਂ ਦੀ ਸ਼ੂਟਿੰਗ ਉਸ ਜ਼ਿਮੀਂਦਾਰ ਨੂੰ ਦੇਖ ਕੇ ਜਾ ਰਹੇ ਨੇ ਸਟੇਸ ਨੂੰ ਹੋਰ ਪਰਫਲਤ ਕਰਨ ਦੀ ਲੋੜ ਹੈ ਔਰ ਪੰਜਾਬ ਸਰਕਾਰ ਵੀ ਫਿਲਮ ਇੰਡਸਟਰੀ ਦੀ ਜੋ ਗੱਲ ਕਰ ਰਹੀ ਸੀ ਉਹਦੇ ਬਾਰੇ ਵੀ ਸੋਚਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਅਸੀਂ ਸਕਿੱਲਡ ਕਲਚਰ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਨੂੰ ਜੇ ਇਹਦੇ ਤੋਂ ਕੱਢਣਾ ਹੈ ਬਾਹਰ ਤਾਂ ਅਸੀਂ ਐਸੀਆਂ ਆਲਟਰਨੇਟਿਵਸ ਜਿਹੜੀਆਂ ਉਹ ਕਿਸਾਨ ਨੂੰ ਦੇਈਏ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਪਿੰਡ ਬੱਲੋਵਾਲ ਲੁਧਿਆਣਾ Hey, you are watching Worldwide Superhit Punjabi Music Satellite TV Channel Ballet Ballet.